ਅਸੀਂ ਆਪਣੇ ਮੇਰਾ ਸ਼ੌਕ ਵੀ ਹੈ, ਮੈਂ ਥੋੜ੍ਹਾ ਦੋਸਤੀ ਰੱਖਦਾ ਹਾਂ ਮਿਨਿਸਟਰਾਂ ਨਾਲ। ਔਰ ਮੈਂ ਤੁਹਾਨੂੰ ਇੱਕ ਹੋਰ ਚੀਜ਼ ਅੱਜ ਤੁਹਾਡੇ ਚੈਨਲ 'ਤੇ ਸ਼ੁਰੂ ਕਰਨਾ, ਮੈਂ ਕੋਸ਼ਿਸ਼ ਕਰਦਾ ਕਿ ਜਿਹੜੇ ਦੋਸਤ ਸਾਰੇ ਹੁੰਦੇ, ਦੇਖੋ ਤੁਸੀਂ ਇਗਨੋਰ ਨਹੀਂ ਕਰ ਸਕਦੇ ਵੀ ਇਹ ਬੰਦਾ ਬੀਜੇਪੀ 'ਚ ਹੈ, ਇਹਦੇ ਨਾਲ ਦੋਸਤੀ ਨਹੀਂ ਕਰ ਸਕਦੇ, ਜਾਂ ਆਪ 'ਚ ਇਹਦੇ ਨਾਲ ਨਹੀਂ ਕਰ ਸਕਦੇ, ਕਾਂਗਰਸ 'ਚ ਹੈ, ਦੋਸਤ ਤਾਂ ਕੋਈ ਵੀ ਹੋ ਸਕਦਾ। ਪਰ ਮੈਂ ਕੋਸ਼ਿਸ਼ ਇਹ ਕਰਦਾ ਕਿ ਉਹਨਾਂ ਬੰਦਿਆਂ ਨਾਲ ਦੋਸਤੀ ਮੇਰੀ ਵੱਧਦੀ ਹੈ ਜਿਹੜੇ ਬੰਦੇ ਦੇਸ਼ ਵਾਸਤੇ ਅੱਛਾ ਸੋਚਦੇ, ਉਹਨਾਂ ਨਾਲ ਬਹੁਤ ਜ਼ਿਆਦਾ ਵੱਧਦੀ, ਜਿਨ੍ਹਾਂ ਦੀ ਹੈਲਪ ਨਾਲ ਤੁਸੀਂ ਕੋਈ ਬਦਲਾਵ ਲੈ ਕੇ ਆ ਸਕੋ। ਹਾਂ, ਜਿਨ੍ਹਾਂ ਨਾਲ ਤੁਸੀਂ ਇਹ ਡਿਸਕਸ ਕਰ ਸਕੋ। IAS IPS ਜਿਹੜੇ ਬਿਊਰੋਕਰੈਟਸ ਵੀ ਹੈ, ਉਹ ਵੀ ਜਿਹੜੇ ਇਮਾਨਦਾਰ ਹੋਣਗੇ, ਜਿਹੜੇ ਮੈਨੂੰ ਪਤਾ ਵੀ ਇਹ ਥੋੜ੍ਹਾ ਬਹੁਤਾ ਇੱਧਰ ਉੱਧਰ ਕੰਮ ਕਰ ਲੈਂਦੇ ਆ, ਹੈਨਾ। ਕਈ ਬੰਦੇ ਹੁੰਦੇ, ਦੇਖੋ ਇਮਾਨਦਾਰੀ ਦਾ ਵੀ ਇੱਕ ਬੜਾ ਅਲੱਗ ਤਰ੍ਹਾਂ ਦਾ ਪੈਮਾਨਾ ਹੈ ਕਿ ਤੁਸੀਂ ਪੈਸੇ ਨਹੀਂ ਲੈਂਦੇ ਪਰ ਤੁਸੀਂ ਆਪਣੇ ਬੱਚਿਆਂ ਦੀ ਹੈਲਪ ਕਰੀ ਜਾਂਦੇ ਹੋ। ਬਿਲਕੁਲ ਬਿਲਕੁਲ, ਤੁਸੀਂ ਆਪਣੇ ਬੱਚਿਆਂ ਨੂੰ ਉੱਥੇ ਐਡਜਸਟ ਕਰਤਾ, ਜਾਂ ਆਪਣੇ ਚਾਚੇ ਤਾਏ ਪਰਿਵਾਰ ਨੂੰ ਜਾਂ ਦੋਸਤਾਂ ਨੂੰ ਉੱਥੇ ਐਡਜਸਟ ਕਰਤਾ ਜਿਹਦੇ ਉਹ ਕਾਬਿਲ ਨਹੀਂ ਸੀ। ਬਿਲਕੁਲ, ਇਹ ਵੀ ਕਰਪਸ਼ਨ ਹੈ, ਹੈਨਾ। ਆਪਣੇ ਆਪ ਨੂੰ ਤੁਸੀਂ ਜ਼ਿਆਦਾ ਦਿਖਾਉਂਦੇ ਹੋ, ਇਹ ਵੀ ਕਰਪਸ਼ਨ ਹੈ। ਬਿਲਕੁਲ, ਸੋ ਇਹ ਅਲੱਗ ਤਰੀਕੇ ਦਾ ਲੀਡਰ ਕਿਵੇਂ ਚੁਣੇ ਬੰਦਾ, ਲਾਈਕ ਅੱਜ ਕੱਲ੍ਹ ਤਾਂ ਰਿਹਾ ਹੀ ਨਹੀਂ ਕਹਿੰਦੇ ਨੇ, ਕਿਉਂਕਿ ਕਹਿੰਦੇ ਨਾ ਆਲਾ ਕਮਾਨ ਦੀ ਉਹਦੇ ਉੱਤੇ ਫੇਸ ਦੇ ਉੱਤੇ ਵੋਟਿੰਗ ਹੋ ਜਾਂਦੀ ਹੈ, ਥੱਲੇ ਵਾਲੇ ਲੀਡਰ ਨੂੰ ਕੁਛ ਪਤਾ ਨਹੀਂ ਹੁੰਦਾ। ਬਹੁਤ, ਤੁਸੀਂ ਬਹੁਤ ਅੱਛਾ ਕੁਐਸਚਨ ਕੀਤਾ, ਇਹ ਬਹੁਤ ਹੈਲਪਲੈਸ ਨੇ ਲੋਕ ਇਸ ਟਾਈਮ, ਮਤਲਬ ਹੈਲਪਲੈਸ ਫੀਲ ਕਰਦੇ। ਮੈਂ ਵੀ ਕਈ ਵਾਰੀ ਹੈਲਪਲੈਸ ਫੀਲ ਕਰਦਾ ਕਿ ਯਾਰ ਕਿਹਨੂੰ ਚੁਣੀਏ, ਜਿਹੜਾ ਬੰਦਾ ਭਾਰਤ ਬਾਰੇ ਸੋਚੇ, ਜਾਂ ਜਿਹੜਾ ਬੰਦਾ, ਜਿਹੜਾ ਕੋਈ ਉਹ ਬੰਦਾ ਕਿਹੜਾ ਹੋਏਗਾ ਜਿਹੜਾ ਗੁਰੂ ਨਾਨਕ ਸਾਹਿਬ ਦੇ ਬਚਨਾਂ ਤੇ ਚੱਲੇਗਾ, ਜਾਂ ਜਿਹੜਾ ਬੰਦਾ ਗੁਰਬਾਣੀ ਦੇ ਜਾਂ ਰਮਾਇਣ ਦੇ ਜਾਂ ਕੁਰਾਨ ਦੇ ਮੁਤਾਬਿਕ ਚੱਲੇਗਾ, ਜਿਹੜੇ ਮਤਲਬ ਆਪਾਂ, ਕਿਉਂਕਿ ਇੱਥੇ ਅਸੀਂ ਧਰਮ ਇੰਨੇ ਹੈਵੀ ਕਰਦੇ ਹਾਂ, ਧਰਮਾਂ ਦੀ ਗੱਲ ਨਹੀਂ ਮੰਨਦੇ ਪਰ ਅਸੀਂ ਧਰਮਾਂ ਦੀ ਰਾਜਨੀਤੀ ਕਰਦੇ ਹਾਂ, ਤੇ ਉਹ ਇੱਕ ਬਹੁਤ ਵੱਡੀ ਪ੍ਰੋਬਲਮ ਹੋ ਗਈ। ਮਤਲਬ ਅੱਜ ਸਾਡੇ ਦੇਸ਼ ਵਿੱਚ ਇੱਦਾਂ ਨਹੀਂ ਲੱਗਦਾ ਕਿ ਪਹਿਲਾਂ ਧਰਮ ਬੰਦੇ ਨੂੰ ਬਚਾਉਂਦੇ ਸੀ, ਹੁਣ ਬੰਦਾ ਧਰਮ ਨੂੰ ਬਚਾਉਂਦਾ। ਬੰਦਾ ਹੁੰਦਾ ਹੀ ਕੌਣ ਹੈ, ਕਹਿੰਦੇ ਨੇ ਧਰਮ ਤੋਂ ਧਰਮ ਸਭ ਨਾਲ ਉੱਤੇ ਮੰਨਿਆ ਜਾਂਦਾ ਹੈ। ਪਰ ਹੁਣ ਕੋਸ਼ਿਸ਼ ਤੇ ਲੋਕ ਇਹੀ ਕਰ ਰਹੇ ਨਾ, ਕੋਈ ਬੰਦਾ ਕਹਿੰਦਾ ਕਿ ਮੈਂ ਉਹ ਠੇਕੇਦਾਰ ਹਾਂ, ਕੋਈ ਬੰਦਾ ਕਹਿੰਦਾ ਮੈਂ ਇਸ ਧਰਮ ਦਾ ਠੇਕੇਦਾਰ ਹਾਂ, ਕੋਈ ਕਹਿੰਦਾ ਮੈਂ ਇਸ ਧਰਮ ਦਾ ਠੇਕੇਦਾਰ ਹਾਂ। ਇਸ ਦਾ ਮਤਲਬ ਉਹ ਧਰਮੀ ਹੈ ਹੀ ਨਹੀਂ ਹੈ। ਜਿੰਨੇ ਮੈਨੂੰ ਲੱਗਦਾ ਜਿਹੜੇ ਜਿੰਨੇ ਨਾਸਤਿਕ ਨੇ ਨਾ ਉਹ ਆਸਤਿਕ ਨੇ, ਤੇ ਜਿੰਨੇ ਆਸਤਿਕ ਨੇ ਉਹ ਨਾਸਤਿਕ ਨੇ। ਸਪਿਰਚੁਅਲਿਜ਼ਮ ਤੇ ਮਾਨਵਤਾ ਤੇ ਗੁਰੂ ਨਾਨਕ ਸਾਹਿਬ ਦੀ ਜਦੋਂ ਤੁਸੀਂ ਗੱਲ ਕਰਦੇ, ਗੁਰੂ ਨਾਨਕ ਸਾਹਿਬ ਨਹੀਂ ਬੋਲਦੇ ਸੀ ਉਸ ਟਾਈਮ ਤੇ ਕਿ ਏਤੀ ਮਾਰ ਪਈ ਕੁਰਲਾ ਨੇ ਤੈਂ ਕੀ ਦਰਦ ਨਾ ਆਇਆ, ਜਾਂ ਪਾਪ ਦੀ ਜੰਗ ਲੈ ਕਾਬਲੋਂ ਤਾਂ ਆਇਆ, ਜ਼ੋਰੀ ਮੰਗੇ ਦਾਨ ਵੀ ਲਾ ਲਓ, ਹੈਨਾ, ਧਰਮ ਸ਼ਰਮ ਦੋਏ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੀ ਲਾ ਲਓ, ਗੁਰੂ ਨਾਨਕ ਸਾਹਿਬ ਵੀ ਬੋਲ ਰਹੇ ਸੀ ਉਦੋਂ, ਹੈਨਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿੱਦਾਂ ਬੋਲ ਰਹੇ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿੱਦਾਂ ਸਭ ਕੁਛ ਕੁਰਬਾਨ ਕਰਕੇ ਬੋਲਿਆ, ਹੈਨਾ। ਗੁਰੂ ਅਰਜਨ ਦੇਵ ਮਹਾਰਾਜ, ਤੁਸੀਂ ਅਸੀਂ ਸਿਰਫ ਪੰਜਾਬ ਦੀ ਗੱਲ ਕਰ ਰਹੇ ਹਾਂ ਨਾ, ਤੇ ਉਸ ਟਾਈਮ ਤੇ ਨਾ ਕੋਈ ਹਿੰਦੂ ਸੀ, ਨਾ ਸਿੱਖ ਸੀ, ਨਾ ਈਸਾਈ ਸੀ, ਨਾ ਕੋਈ ਕੋਈ ਕੁਛ ਵੀ ਨਹੀਂ ਸੀ, ਹੈਨਾ। ਸਾਰੇ ਹੀ ਬੰਦੇ ਜਿਹੜੇ ਉਹ ਰਲ ਕੇ ਰਹਿੰਦੇ ਸੀ। ਅੱਜ ਵੀ ਗੁਰਬਾਣੀ ਇਹ ਕਹਿੰਦੀ ਵੀ ਰਲ ਕੇ ਰਹੋ, ਪਰ ਅਸੀਂ ਲੜਦੇ ਹਾਂ, ਅਸੀਂ ਲੜਾਉਂਦੇ ਹਾਂ, ਅਸੀਂ ਝੂਠ ਬੋਲ ਦਿੰਦੇ ਹਾਂ ਜਾ ਕੇ। ਸੋ ਨੇਤਾਵਾਂ ਦਾ ਤਾਂ ਕੰਮ ਅਲੱਗ ਹੈ।